ਤੁਸੀਂ ਦੇਖ ਰਹੇ ਹੋ ਤਹਿਲਕਾ ਪੰਜਾਬ। ਤਹਿਲਕਾ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਘੁੰਮਣਾ ਵਿਖੇ ਘੁੰਮਣਾ ਪੰਡੋਰੀ ਵੈਲਫੇਅਰ ਸੁਸਾਇਟੀ ਵੱਲੋਂ ਅੱਖਾਂ ਦਾ ਮੁਫਤ ਜਾਂਚ ਅਤੇ ਆਪਰੇਸ਼ਨ ਕੈਂਪ ਹਰ ਸਾਲ ਦੀ ਤਰ੍ਹਾਂ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ NRI ਵੀਰਾਂ ਦੇ ਸਹਿਯੋਗ ਦੇ ਨਾਲ ਲਗਾਇਆ ਗਿਆ, ਜਿਸ ਦੇ ਵਿੱਚ ਅੱਖਾਂ ਦੇ ਮਾਹਰ ਡਾਕਟਰ ਰਾਜਨ ਆਈ ਕੇਅਰ ਫਗਵਾੜਾ ਦੀ ਟੀਮ ਨੇ 600 ਦੇ ਕਰੀਬ ਮਰੀਜ਼ਾਂ ਦੀ ਜਾਂਚ ਕਰਕੇ 250 ਮਰੀਜ਼ ਆਪਰੇਸ਼ਨਾਂ ਲਈ ਚੁਣੇ ਗਏ ਅਤੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਅਤੇ ਐਨਕਾਂ ਵੀ ਦਿੱਤੀਆਂ ਗਈਆਂ। ਇਸ ਮੌਕੇ ਉੱਘੇ ਸਮਾਜ ਸੇਵਕ ਸਰਦਾਰ ਗੁਰਵਿੰਦਰ ਸਿੰਘ ਘੁੰਮਣ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਹੈ ਕਿ ਇਹ ਸੁਸਾਇਟੀ NRI ਵੀਰਾਂ ਦੇ ਸਹਿਯੋਗ ਦੇ ਨਾਲ ਹਮੇਸ਼ਾ ਮਾਨਵਤਾ ਦੇ ਭਲੇ ਲਈ ਇਹੋ ਜਿਹੇ ਕੰਮ ਕਰਕੇ ਆਪਣਾ ਵਡੋਲਾ ਯੋਗਦਾਨ ਪਾ ਕੇ ਲੋਕਾਂ ਦੀ ਸੇਵਾ ਕਰਦੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਇਸ ਤਰ੍ਹਾਂ ਦੇ ਸਮਾਜ ਭਲਾਈ ਦੇ ਕੰਮ ਕਰਦੀ ਰਹੇਗੀ। ਆਪਰੇਸ਼ਨਾਂ ਲਈ ਚੁਣੇ ਗਏ ਮਰੀਜ਼ਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਕਰਕੇ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚਾਇਆ ਜਾਵੇਗਾ। ਪਿੰਡ ਘੁੰਮਣਾ ਤੋਂ ਕਰਨਦੀਪ ਸਿੰਘ ਤੇਜੀ ਦੇ ਨਾਲ ਪ੍ਰਵਾਸ ਸਿੰਘ ਸੋਣ ਦੀ ਵਿਸ਼ੇਸ਼ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਕੈਂਪ ਹੈਗਾ ਘੁੰਮਣ ਵੈਲਫੇਅਰ ਸੁਸਾਇਟੀ ਵੱਲੋਂ ਲਗਾਇਆ ਜਾ ਰਿਹਾ, ਹਰ ਸਾਲ ਹੀ ਲਗਾਇਆ ਜਾਂਦਾ ਹੈਗਾ, ਇਸ ਸਾਲ ਵੀ ਲਗਾਇਆ ਜਾ ਰਿਹਾ, ਜਿਹਦੇ ਵਿੱਚ 550 ਦੇ ਕਰੀਬ OPD ਹੋ ਚੁੱਕੀ ਹੈ ਅਤੇ 150 ਕੁ ਦੇ ਕਰੀਬ ਅਸੀਂ ਮਰੀਜ਼ਾਂ ਦੇ ਓਪਰੇਸ਼ਨ ਕਰਦੇ ਹਾਂ। ਉਹ ਰੋਜ਼ ਦੀ ਰੋਜ਼ ਡੇ ਬਾਈ ਡੇ ਅਸੀਂ 10 ਤੋਂ 15 ਮਰੀਜ਼ਾਂ ਦੇ ਡੇਲੀ ਅਸੀਂ ਓਪਰੇਸ਼ਨ ਕਰਦੇ ਹੈਗੇ ਹਾਂ। ਜਿਹੜੇ ਇਹਦੇ ਵਿੱਚ ਲੈਂਸ ਨੇ ਬਿਲਕੁਲ ਹੀ ਟੋਟਲੀ ਅਸੀਂ ਫਰੀ ਔਰ ਵਧੀਆ ਕੁਆਲਿਟੀ ਦੇ ਅਸੀਂ ਪਾ ਰਹੇ ਹਾਂ, ਹਰੇਕ ਸਾਲ ਹੀ ਪਾਏ ਜਾਂਦੇ ਹਾਂ। ਅਤੇ ਜਿਹੜੇ ਬਾਕੀ ਮਰੀਜ਼ਾਂ ਨੂੰ ਜਿਨ੍ਹਾਂ ਨੂੰ ਨੇੜੇ ਦੀ ਐਨਕਾਂ ਦੀ ਲੋੜ ਹੈ, ਉਹ ਨੇੜੇ ਦੀ ਐਨਕਾਂ ਅਸੀਂ ਲਗਾ ਰਹੇ ਹਾਂ। ਜਿਨ੍ਹਾਂ ਦੀ 40 ਸਾਲ ਦੀ ਉਮਰ ਹੈ, ਉਹ ਨੇੜੇ ਦੀ ਐਨਕ ਪੜ੍ਹਨ ਲਿਖਣ ਲਈ ਲਗਾ ਰਹੇ ਹਾਂ ਅਤੇ ਉਹ ਬਹੁਤ ਹੀ ਵਧੀਆ। ਅਤੇ ਦਵਾਈਆਂ ਦਾ ਵੀ ਬਹੁਤ ਹੀ ਵਧੀਆ ਅਸੀਂ ਇਹਦਾ ਉਪਰਾਲਾ ਹੈਗਾ, ਇਹਨਾਂ ਦਾ ਬਹੁਤ ਵਧੀਆ ਸਹਿਯੋਗ ਹੈਗਾ ਵੀ ਹਰ ਸਾਲ ਇਹ ਅੱਖਾਂ ਦਾ ਜਿਹੜਾ ਓਪਰੇਸ਼ਨ ਕੈਂਪ ਲਾਉਂਦੇ ਨੇ, ਇਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਇਸ ਕੈਂਪ ਦਾ। ਹੁਣ ਤੱਕ ਕਿੰਨੇ ਮਰੀਜ਼ਾਂ ਨੂੰ ਤੁਸੀਂ ਚੈੱਕਅਪ ਕਰ ਚੁੱਕੇ ਹੋ? ਇਸ ਟਾਈਮ ਅਸੀਂ 450 ਕਰੀਬ ਪੇਸ਼ੈਂਟ ਦੀ OPD ਹੋ ਚੁੱਕੀ ਹੈ ਅਤੇ ਬਾਕੀ ਪੇਸ਼ੈਂਟ ਹਜੇ ਕਾਫੀ ਬੈਠੇ ਨੇ, ਉਹ ਵੀ ਅਸੀਂ ਕੋਵਿਡ ਦੇ ਬੈਂਚ ਜਿਹੜੇ ਕੋਵਿਡ ਦੀਆਂ ਅਸੀਂ ਹਦਾਇਤਾਂ ਦੇ ਅਨੁਸਾਰ ਹੀ ਅਸੀਂ ਪੇਸ਼ੈਂਟ ਨੂੰ ਜਿਹੜੇ ਡੇ ਵਨ ਬਾਈ ਵਨ ਅਸੀਂ ਦੇਖ ਰਹੇ ਹਾਂ ਅਤੇ ਸਾਰੇ ਮਰੀਜ਼ਾਂ ਨੂੰ ਤਕਰੀਬਨ ਆਲਮੋਸਟ ਮਾਸਕ ਵਗੈਰਾ ਵੀ ਲਗਾਏ ਹੋਏ ਨੇ ਅਤੇ ਸੈਨੇਟਾਈਜ਼ਰ ਵਗੈਰਾ ਵੀ ਅਸੀਂ ਨਾਲ ਦੀ ਨਾਲ ਕਰਾ ਰਹੇ ਹਾਂ ਪੇਸ਼ੈਂਟ ਨੂੰ। ਆਪਰੇਸ਼ਨਾਂ ਲਈ ਹੁਣ ਤੱਕ ਕਿੰਨੇ ਮਰੀਜ਼ ਤੁਹਾਡੇ ਕੋਲ? ਪੇਸ਼ੈਂਟਾਂ ਦੇ ਕਰੀਬ 70 ਦੇ ਕਰੀਬ ਪੇਸ਼ੈਂਟ ਵੀ ਅਸੀਂ ਹੋ ਚੁੱਕੇ ਨੇ ਅਤੇ ਬਾਕੀ ਅਸੀਂ ਹੋਰ ਮਰੀਜ਼ਾਂ ਦੀ ਅਸੀਂ ਆਸ ਆ ਵੀ ਕਾਫੀ ਮਰੀਜ਼ ਹੈਗੇ ਸਰਜਰੀ ਵਾਸਤੇ ਨਿਕਲਦੇ। ਆਪਰੇਸ਼ਨ ਕਿਸੇ ਦਿਨ ਤੋਂ ਸ਼ੁਰੂ ਕਰ ਰਹੇ ਤੁਸੀਂ? ਪੇਸ਼ੈਂਟ ਅਸੀਂ ਸੋਮਵਾਰ ਤੋਂ ਅਸੀਂ ਕਰਾਂਗੇ ਸਰਜਰੀ, ਉਹਦੇ ਵਿੱਚ ਅਸੀਂ 10 ਤੋਂ 12 ਜਾਂ 15 ਮਰੀਜ਼ਾਂ ਦੇ ਕਰੀਬ ਅਸੀਂ ਸਰਜਰੀ ਕਰਾਂਗੇ। ਉਸ ਤੋਂ ਬਾਅਦ ਫਿਰ ਮੰਗਲਵਾਰ, ਫਿਰ ਬੁੱਧਵਾਰ, ਫਿਰ ਵੀਰਵਾਰ, ਇਸੇ ਤਰ੍ਹਾਂ ਸਾਡਾ 1 ਹਫ਼ਤਾ ਹੈ ਪੂਰਾ ਸਰਜਰੀ ਕੈਂਪ। ਉਹਨਾਂ ਲਈ ਕਿਹੋ ਜਿਹੇ ਪ੍ਰਬੰਧ ਹੋਣਗੇ ਤੁਹਾਡੇ ਵੱਲੋਂ ਜਾਂ ਸੁਸਾਇਟੀ ਵੱਲੋਂ? ਉਹਨਾਂ ਲਈ ਅਸੀਂ ਜਿਹੜੇ ਸੁਸਾਇਟੀ ਵੱਲੋਂ ਤਾਂ ਸਾਡਾ ਬਹੁਤ ਪੈਸਾ ਮਿਲੇਗਾ, ਵੀ ਇਹਨਾਂ ਦਾ ਖਾਣ ਪੀਣ ਦਾ ਸਾਰਾ ਪ੍ਰੋਗਰਾਮ ਹੈਗਾ ਵਾ ਇੱਥੇ ਅਤੇ ਬਾਕੀ ਜਿਹੜੇ ਲੈਂਸ ਉਹ ਵਧੀਆ ਅਸੀਂ ਪਾ ਰਹੇ ਹਾਂ ਵੀ ਮਰੀਜ਼ਾਂ ਨੂੰ ਕਦੇ ਵੀ ਕੋਈ ਕੰਪਲੇਂਟ ਨਾ ਆਵੇ। ਠੀਕ ਹੈ ਜੀ, ਧੰਨਵਾਦ।